ਹੁਣ ਗੱਲ ਕਰਾਂਗੇ ਦਲਵੀਰ ਗੋਲ ਦੀ। ਆਪ ਚੜ੍ਹਤੀ ਉਹਨਾਂ ਨੇ ਕਾਂਗਰਸ 'ਚ ਵਾਪਸੀ ਕਰਨ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹਾਲਾਂਕਿ ਉਹ ਕਿਸੇ ਵੀ ਪਾਰਟੀ ਦਾ ਫਿਲਹਾਲ ਕੋਈ ਹਿੱਸਾ ਨਹੀਂ ਨੇ। ਧੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸਿਆਸੀ ਪਾਰਟੀਆਂ ਤੋਂ ਦੂਰੀ ਵੀ ਬਣਾ ਲਈ ਹੈ। ਉਹਨਾਂ ਨੇ ਕਿਹਾ ਕਿ ਫਿਲਹਾਲ ਉਹ ਕਿਸੇ ਪਾਰਟੀ ਦਾ ਕੋਈ ਹਿੱਸਾ ਨਹੀਂ ਨੇ, ਲੇਕਿਨ ਕਾਂਗਰਸ ਦੇ ਵਿੱਚ ਵਾਪਸੀ ਕਰਨ ਦਾ ਜੋ ਇਹਨਾਂ ਨੇ ਐਲਾਨ ਕੀਤਾ ਕਿ 2027 ਦੀਆਂ ਚੋਣਾਂ ਦੇ ਵਿੱਚ ਜੇ ਕਾਂਗਰਸ ਉਹਨਾਂ ਨੂੰ ਟਿਕਟ ਦੇਗੀ ਤਾਂ ਧੂਰੀ ਤੋਂ ਹੀ ਚੋਣ ਲੜਨਗੇ। ਅਮਰਤਾ ਸਿੰਘ ਬਾਜਵਾ ਸਾਡੇ ਨਾਲ, ਦਲਵੀਰ ਸਿੰਘ ਗੋਲਡੀ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਚਾਹੁੰਦੇ। ਗੋਲੀ ਸਾਹਿਬ ਜੀ, ਮੀਡੀਆ 'ਤੇ ਤੁਹਾਡੇ ਆਉਣ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਕੀਤਾ ਸਾਹਿਬ ਤੁਹਾਡਾ ਅਤੇ ਤੁਹਾਡੀ ਟੀਮ ਦਾ। ਗੋਲੀ ਜੀ, ਪੁੱਛਣਾ ਚਾਹੁੰਦਾ, ਮਤਲਬ ਕਿ ਤੁਸੀਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਇਹਦਾ ਕੀ ਮੁੱਖ ਮਕਸਦ? ਇਹਦਾ ਮੁੱਖ ਮਕਸਦ ਇਹ ਆ ਕਿ ਮੈਂ ਜਿਹੜਾ ਥੋੜ੍ਹਾ ਜਿਹਾ ਗੈਪ ਸੀਗਾ ਪੋਲੀਟੀਕਲੀ ਤੌਰ 'ਤੇ ਪਿਛਲੇ 6-7 ਮਹੀਨੇ, ਉਹ ਇੱਕ ਬਹੁਤ ਮੇਰੇ 'ਤੇ ਮਾੜਾ ਦੌਰ ਸੀ। ਸੋ ਉਸ ਸਮੇਂ ਨੂੰ ਖਤਮ ਕਰਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਉਹ ਟਾਸਰਾ ਲੈ ਕੇ ਆਪਣੇ ਸ਼ਹਿਰ ਦੇ ਸਾਰੇ ਸਾਡੇ MC ਸਾਹਿਬਾਨ ਅਤੇ ਸਾਡੇ ਮਿੱਤਰ ਸਾਹਿਬਾਨ ਜਿਨ੍ਹਾਂ ਨਾਲ ਸਲਾਹ ਕਰਕੇ ਅਸੀਂ ਜਿਹੜਾ ਦੁਬਾਰਾ ਆਪਦਾ ਜਿਹੜਾ ਕੰਮ ਆਪਦੇ ਹਲਕੇ ਸ਼ੁਰੂ ਕਰਨ ਜਾ ਰਹੇ ਹਾਂ। ਗੋਲੀ ਜੀ, ਪੁੱਛਣਾ ਚਾਹੁੰਦਾ ਕਿ ਤੁਹਾਡਾ ਜਿਹੜਾ ਘਰ ਵਾਪਸੀ ਕਾਂਗਰਸ ਦੇ ਵਿੱਚ ਜਾਣਾ ਕੀ ਲਗਭਗ ਤੈਅ ਹੋ ਚੁੱਕਿਆ ਹੈ? ਦੇਖੋ, ਮੈਂ ਤਾਂ ਖੁਦ ਜਦੋਂ ਯੂਨੀਵਰਸਿਟੀ ਤੋਂ ਪਾਸ ਆਊਟ ਹੋਇਆ ਅਤੇ ਰਾਹੁਲ ਗਾਂਧੀ ਦੀ ਸੋਚ ਨੂੰ ਹੀ ਫੋਲੋ ਕਰਕੇ ਕਾਂਗਰਸ ਦੇ ਵਿੱਚ ਗਿਆ ਸੀ। ਕਿਸੇ ਲੀਡਰ ਦੇ ਥਰੂ ਨਹੀਂ ਗਿਆ, ਖੁਦ ਸਿੱਧਾ ਪਾਰਟੀ ਦੀ ਆਈਡੀਓਲੋਜੀ ਨੂੰ ਫੋਲੋ ਕਰਕੇ ਗਿਆ ਸੀ। ਸੋ ਲਗਾਤਾਰ 20 ਸਾਲ ਜਿਹੜਾ ਕੰਮ ਕਰਿਆ, ਸੋ ਇੱਕ ਕਈ ਵਾਰ ਕਹਿ ਦਿੰਦੇ ਨੇ ਪਾਰਟੀ ਛੱਡਣ ਵਾਲੀ ਗੱਲ, ਕੋਈ ਲਾਲਚ ਲਈ ਛੱਡਦਾ, ਕੋਈ ਮੰਤਰੀ ਬਣਨ ਲਈ ਛੱਡਦਾ, ਬਟ ਮੇਰੀ ਨਾਰਾਜ਼ਗੀ ਸੀ ਕਿਉਂਕਿ ਮੈਂ ਦਿੱਲੀ ਤਾਂ ਜਾਣਾ ਹੀ ਨਹੀਂ ਸੀ ਚਾਹੁੰਦਾ, ਮੈਂ ਤਾਂ ਸਟੇਟ ਦੀ ਰਾਜਨੀਤੀ ਕਰਨੀ ਚਾਹੁੰਦਾ ਸੀ। ਸੋ ਮੈਨੂੰ ਪਾਰਟੀ ਦਾ ਹੁਕਮ ਸੀ ਵੀ ਤੁਸੀਂ ਨੇ ਜਿਹੜੀ ਲੋਕ ਸਭਾ ਇਲੈਕਸ਼ਨ ਲੜਨੀ ਆ ਅਤੇ ਫਿਰ 24 ਦੀ ਜਿਹੜੀ ਲੋਕ ਸਭਾ ਇਲੈਕਸ਼ਨ ਲੜਨੀ ਆ, ਸੋ ਉਹਦੇ 'ਚ ਥੋੜ੍ਹੇ ਮਨਮੁਟਾਵ ਜਿੱਤ ਹੋ ਜਾਂਦੇ ਨੇ ਪਰਿਵਾਰਾਂ ਦੇ ਵਿੱਚ ਵੀ, ਸੋ ਉਹਦੇ 'ਚ ਕਿਸੇ ਨੂੰ ਵੀ ਮੇਰੇ ਕਰਕੇ ਕੋਈ ਠੇਸ ਲੱਗੀ ਤਾਂ ਉਹਦੇ ਲਈ ਮੈਂ ਪਹਿਲਾਂ ਆਲਰੇਡੀ ਸਾਰਿਆਂ ਦੇ ਸਾਹਮਣੇ, ਕਿਉਂਕਿ ਨਹੀਂ ਤਾਂ ਹਰ ਇੱਕ ਲੀਡਰ ਪਹਿਲਾਂ ਇੱਕ ਜਗ੍ਹਾ 'ਤੇ ਜਾਂਦਾ ਫਿਰ ਉਸ ਤੋਂ ਬਾਅਦ ਕਹਿੰਦਾ ਜੀ ਹੁਣ ਮੈਂ ਪਾਰਟੀ ਛੱਡਤੀ, ਬਟ ਮੈਂ ਇਹ ਖੁਦ ਆਪਣੇ ਆਪ ਯਾਨੀ ਕਿ ਮੈਂ ਪਿਛਲੀ ਉਹਦੇ 'ਚ ਕਿਹਾ ਸੀ ਮੈਂ ਕਿਸੇ ਪਾਰਟੀ ਦਾ ਹਿੱਸਾ ਨਹੀਂ। ਸੋ ਅਸੀਂ ਸਾਰਿਆਂ ਨੇ ਹੁਣ ਜਿਹੜੀ ਸਲਾਹ ਕਰੀ ਆ ਤਾਂ ਆਪਦੇ ਘਰ ਹੀ ਅਸੀਂ ਜਿਹੜਾ ਜਾਣਾ, ਉਹਦੀ ਪ੍ਰਕਿਰਿਆ ਜਿਹੜੀ ਅਸੀਂ ਕੱਲ੍ਹ ਤੋਂ ਮੈਂ ਕੋਸ਼ਿਸ਼ ਸਾਰਿਆਂ ਨੂੰ ਮਿਲ ਕੇ ਸਾਡੇ ਹਾਈ ਕਮਾਂਡ ਨੂੰ ਮਿਲ ਕੇ ਤਾਂ ਮੈਂ ਦੁਬਾਰਾ ਰੀਜੁਆਇਨ ਕਰਨ ਦੀ ਕੋਸ਼ਿਸ਼ ਕਰ। ਬਾਜਾ ਸਾਹਿਬ ਦਾ ਬਿਆਨ ਸੀ ਕਿ ਘਰ ਗੋਲੀ ਘਰ ਵਾਪਸੀ ਆਉਣਗੇ ਪਰ ਮੇਰੇ ਤੋਂ ਬਿਨਾਂ ਕੁਛ ਨਹੀਂ ਹੋਣਾ, ਉਸ ਨੂੰ ਲੈ ਕੇ ਕਿਵੇਂ ਦੇਖੋਗੇ? ਨਹੀਂ, ਬਿਲਕੁਲ ਸਤਿਕਾਰਯੋਗ ਨੇ ਜੀ ਸਾਡੇ LOP ਸਾਹਿਬ, ਉਹਨਾਂ ਨਾਲ ਮੇਰਾ ਕਾਫੀ ਪਿਆਰ ਸੀ। ਜਦੋਂ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਿਆ ਉਦੋਂ ਵੀ ਉਹਨਾਂ ਨੇ ਆ ਕੇ ਜਿਹੜਾ ਫੰਕਸ਼ਨ ਅਟੈਂਡ ਕਰਿਆ ਸੀ ਤਾਂ ਮੇਰਾ ਉਹਨਾਂ ਨਾਲ ਕਾਫੀ ਨੇੜਲੇ ਸੰਬੰਧ ਸੀ। ਉਦੋਂ ਮੈਨੂੰ ਉਹਨਾਂ 'ਤੇ ਨਾਰਾਜ਼ਗੀ ਸੀ ਵੀ ਇੱਕ ਤਾਂ ਉਹਨਾਂ ਨੇ, ਚਲੋ ਉਦੋਂ ਸਮਾਂ ਇਹੋ ਜਿਹਾ ਹੁੰਦਾ, ਉਹਨਾਂ ਨੇ ਥੋੜ੍ਹਾ ਜਿਹਾ ਪਰਿਵਾਰ ਦਾ ਬਾਰੇ ਕੁਛ ਗੱਲਾਂ ਇਹੋ ਜਿਹੀਆਂ ਕਹਿਤੀਆਂ ਸੀ, ਉਹਦੇ 'ਚ ਗੁੱਸੇ 'ਚ ਮੇਰੇ ਤੋਂ ਵੀ ਕੁਛ ਗਲਤ ਬੋਲਿਆ ਗਿਆ। ਸੋ ਪਰਿਵਾਰ ਦੇ ਵਿੱਚ ਜਿੱਥੇ ਥੋੜ੍ਹਾ ਪਿਆਰ ਹੁੰਦਾ ਉੱਥੇ ਅਜਿਹੀਆਂ ਚੀਜ਼ਾਂ ਹੋ ਜਾਂਦੀਆਂ ਨੇ। ਸੋ ਉਹਨਾਂ ਤੋਂ ਵੀ ਮੇਰੇ ਵੱਡੇ ਨੇ ਤਾਂ ਮੈਨੂੰ ਕੋਈ ਹਰਜ ਨਹੀਂ, ਕਿਉਂਕਿ ਚੰਗੇ ਲੀਡਰ ਨੇ। ਸੋ ਉਹਨਾਂ ਤੋਂ ਮੈਂ ਇਹ ਇੱਕ ਅੱਧੇ ਦਿਨ ਤੱਕ ਉਹਨਾਂ ਤੋਂ ਸਮਾਂ ਲੈ ਕੇ ਉਹਨਾਂ ਕੋਲ ਜਾ ਕੇ ਜਿਹੜੀ ਇਹ ਸਾਰੀ ਗੱਲਬਾਤ ਕਰਕੇ ਆਵਾਂ। ਖਹਿਰਾ ਸਾਹਿਬ ਵੀ ਤੁਸੀਂ ਨਾਰਾਜ਼ ਸੀ, ਪਟਲ ਸਾਹਿਬ ਵੀ ਤੁਸੀਂ ਨਾਰਾਜ਼ ਸੀ, ਉਹਨਾਂ ਨੂੰ ਕਿਵੇਂ ਦੇਖੋਗੇ? ਨਹੀਂ, ਖਹਿਰਾ ਸਾਹਿਬ ਬਿਲਕੁਲ ਉਹਨਾਂ ਦਾ ਹੱਕ ਬਣਦਾ ਸੀ ਮੇਰੇ 'ਤੇ ਨਾਰਾਜ਼ ਨਹੀਂ ਹੁੰਦਾ, ਬਟ ਮੇਰਾ ਉਹਨਾਂ ਨਾਲ ਸੰਬੰਧ ਬਹੁਤ ਵਧੀਆ ਸੀ, ਬਟ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਿਹੜਾ ਇਹ ਸਾਰੀ ਚੀਜ਼ ਦੇ ਵਿੱਚ। ਕੈਮਰਾਮੈਨ ਬਾਕੀ ਕਰਕੇ ਨਾਲ ਵਿੰਦਰ ਚੀਪਲ ਜੀ, ਮੀਡੀਆ ਤੋਰੀ ਪੰਜਾਬ।